ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੀ ਕਾਰਵਾਈ ਦਾ ਟੀਵੀ ਤੇ ਸਿੱਧੇ ਪ੍ਰਸਾਰਣ ਦੀ ਮੰਗ ਕੀਤੀ ਹੈ ਇਸ ਬਾਰੇ ਆਪ ਦਾ ਵਫਤ ਵਿਰੋਧੀ ਧਿਰ ਦੇ ਨੇਤਾ ਹਰਪਾਲ ਜੀ ਮਾਤੇ ਸੁਨਾਮ ਤੋਂ ਵਿਧਾਇਕ ਅਮਨ अरोड़ा ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਮਿਲਿਆ ਉਹਨਾਂ ਨੇ 12 ਫਰਵਰੀ ਤੋਂ ਸ਼ੁਰੂ ਹੋ ਰਹੇ ਬਜਟ ਸੈਸ਼ਨ ਦਾ ਹਾਲ ਸਿੱਧਾ ਪ੍ਰਸਾਰਣ ਕਰਨ ਦੀ ਅਪੀਲ ਕੀਤੀ ਹੈ ਆਪਣੇ ਲਖਤੀ ਪੱਤਰ ਵਿੱਚ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜਨਹਤ ਪਟੀਸ਼ਨ ਦਾਇਰ ਕੀਤੀ ਗਈ ਸੀ ਇਸ ਵਿੱਚ ਮੰਗ ਕੀਤੀ ਕਿ ਜੇਕਰ ਪਾਰਲੀਮੈਂਟ ਦੇ ਦੋਵੇਂ ਸਦਨਾਂ ਤੇ ਹੋਰ ਅਨੇਕਾਂ ਸੂਬਿਆਂ ਦੇ ਵਿਧਾਨ ਸਭਾ ਸੈਸ਼ਨ ਦਾ ਸਿੱਧਾ ਪ੍ਰਸਾਰਣ ਹੋ ਸਕਦਾ ਹੈ ਤਾਂ ਪੰਜਾਬ ਦਾ ਕਿਉਂ ਨਹੀਂ ਇਸ ਮੌਕੇ ਤੇ ਬੋਲਦਿਆਂ ਅਮਨ अरोड़ा ਨੇ ਕਿਹਾ ਅੱਜ ਅਸੀਂ ਆਮ ਆਦਮੀ ਪਾਰਟੀ ਵੱਲੋਂ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇਪੀਜੀ ਨੂੰ ਮਿਲ ਕੇ ਆਏ ਹਾਂ ਉਹਨਾਂ ਨੂੰ ਰਿਪਰੈਜੈਂਟੇਸ਼ਨ ਦੇ ਕੇ ਆਇਆ ਕਿ ਕਿਉਂਕਿ ਵਿਧਾਨ ਸਭਾ ਜਿਹਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਿਛਲੇ ਦਿਨੀ ਕਿਹਾ ਸੀਗਾ ਕਿ ਇੱਕ ਦਿਨ ਚਲਾਉਣ ਦੇ ਉੱਪਰ 70 ਲੱਖ ਰੁਪਏ ਖਰਚਾ ਆਉਂਦਾ ਲੋਕਾਂ ਦੇ ਪੈਸੇ ਨਾਲ ਵਿਧਾਨ ਸਭਾ ਚੱਲਦੀ ਹੈ ਤੇ ਆਮ ਆਦਮੀ ਪਾਰਟੀ ਇਹ ਮੰਨ ਕੇ ਚੱਲਦੀ ਹੈ ਵਿਸ਼ਵਾਸ ਰੱਖਦੀ ਹੈ ਕਿ ਲੋਕਾਂ ਨੂੰ ਪੂਰਨ ਹੱਕ ਹੈ ਪੰਜਾਬ ਦੇ ਲੋਕਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਇਹ ਦੇਖਣ ਦਾ ਹੱਕ ਹੈ ਕਿ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਚਾਹੇ ਸੱਤਾਧਾਰੀ ਧਰ ਦੇ ਵਿੱਚ ਨੇ ਤੇ ਚਾਹੇ ਆਪੋਜੀਸ਼ਨ ਦੇ ਵਿੱਚ ਨੇ ਉਹਨਾਂ ਦੇ ਮਸਲੇ ਚੱਕਦੇ ਵੀ ਨੇ ਜਾਂ ਨਹੀਂ ਚੱਕਦੇ ਹੈਗੇ ਸੋ ਇਸ ਸੰਬੰਧੀ ਅਸੀਂ ਆਮ ਆਦਮੀ ਪਾਰਟੀ ਨੇ ਪਿਛਲੇ ਪੌਣੇ 2 ਸਾਲਾਂ ਦੇ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਦੋ ਵਾਰੀ ਅਸੀਂ ਰਿਪਰੈਜੈਂਟੇਸ਼ਨਸ ਦਿੱਤੀਆਂ ਕੋਈ ਜਵਾਬ ਨਹੀਂ ਆਇਆ ਹੈਗਾ ਉਸ ਤੋਂ ਬਾਅਦ ਮੈਂ ਆਪ ਖੁਦ ਦੋ ਵਾਰੀ ਲੀਗਲ ਨੋਟਿਸ ਸਰਵ ਕੀਤਾ ਸਪੀਕਰ ਸਾਹਿਬ ਨੂੰ ਕੋਈ ਜਵਾਬ ਨਹੀਂ ਆਇਆ ਹੈਗਾ ਤੇ ਹਾਰ ਕੇ ਪਿਛਲੇ ਮਹੀਨੇ ਮੈਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਉਸ ਹਾਈ ਕੋਰਟ ਨੇ 21 ਜਨਵਰੀ ਨੂੰ ਫੈਸਲਾ ਸੁਣਾਇਆ ਹੈਰਾਨੀ ਦੀ ਗੱਲ ਇਹ ਹੈ ਕਿ ਪਹਿਲੀ ਪੇਸ਼ੀ ਸੀ ਔਰ ਪਹਿਲੀ ਪੇਸ਼ੀ ਦੇ ਉੱਪਰ ਹਜੇ ਨੋਟਿਸ ਗਵਰਨਮੈਂਟ ਨੂੰ ਜਾਂ ਸਪੀਕਰ ਨੂੰ ਕੋਈ ਨਹੀਂ ਹੋਇਆ ਸੀਗਾ ਪਰ ਸਪੀਕਰ ਵੱਲੋਂ ਔਰ ਸਰਕਾਰ ਵੱਲੋਂ ਸ਼ਰੀਅਤੁਲ ਲੰਦਾ ਜੀ ਐਡਵੋਕੇਟ ਜਨਰਲ ਪੰਜਾਬ ਬਿਨਾ ਕਿਸੇ ਸੰਬੰਧ ਦੇ ਜਾਂ ਬਿਨਾ ਨੋਟਿਸ ਦੇ ਉਹ ਆਪ ਉੱਥੇ ਹਾਜ਼ਰ ਹੋਏ ਔਰ ਡਬਲ ਬੈਂਚ ਨੇ ਇਹ ਫੈਸਲਾ ਸੁਣਾਇਆ ਕਿ ਸਪੀਕਰ ਪੰਜਾਬ ਵਿਧਾਨ ਸਭਾ ਅਮਨ ਦੀ ਇਸ ਪਟੀਸ਼ਨ ਦੇ ਉੱਪਰ ਜਲਦ ਤੋਂ ਜਲਦ ਇਹ ਜਿਹੜਾ ਫੈਸਲਾ ਕਰਨਾ ਔਰ ਮੈਨੂੰ ਲਿਬਰਟੀ ਦਿੱਤੀ ਕਿ ਜੇ ਫੈਸਲਾ ਤੁਹਾਡੇ ਇੱਛਾ ਮੁਤਾਬਕ ਤੁਹਾਡੀ ਸਮਝ ਮੁਤਾਬਕ ਨਹੀਂ ਕਰਦੇ ਹੈ ਕਿ ਸਪੀਕਰ ਸਾਹਿਬ ਮੈਨੂੰ ਲਿਬਰਟੀ ਦਿੱਤੀ ਕਿ ਮੈਂ ਦੁਬਾਰਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਜਿਹੜਾ ਖੜਕਾ ਸਕਾਂ ਸੋ ਅੱਜ ਅਸੀਂ ਇਹੀ ਅਪੀਲ ਲੈ ਕੇ ਸਪੀਕਰ ਸਾਹਿਬ ਕੋਲੇ ਗਏ ਸੀਗੇ ਕਿ ਕਿਉਂਕਿ ਪੰਜਾਬ ਵਿਧਾਨ ਸਭਾ ਦੇ 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 ਲੋਕਾਂ ਨੂੰ ਹੱਕ ਹੈ ਇਹ ਦੇਖਣ ਦਾ ਕਿ ਉਹਨਾਂ ਦੇ ਨੁਮਾਇंदे ਕਿਸ ਤਰੀਕੇ ਨਾਲ ਪਰਫਾਰਮ ਕਰਦੇ ਨੇ ਉਹਨਾਂ ਦੇ ਮਸਲੇ ਵਿਧਾਨ ਸਭਾ ਦੇ ਵਿੱਚ ਅੰਦਰ ਚੱਕੇ ਜਾਂਦੇ ਵੀ ਨੇ ਕਿ ਨਹੀਂ ਚੱਕੇ ਜਾਂਦੇ ਹੈਗੇ ਆਲਰੇਡੀ ਮੁਲਕ ਦੀਆਂ ਦੋਨੋਂ ਪਾਰਲਮੈਂਟਸ ਲੋਕ ਸਭਾ ਤੇ ਰਾਜ ਸਭਾ ਉਹ ਲਾਈਵ ਦਿਖਾਈਆਂ ਜਾਂਦੀਆਂ ਨੇ ਸੱਤ ਅਸੈਂਬलीज ਨੇ ਜਿਹੜੀਆਂ ਗੋਆ ਮਹਾਰਾਸ਼ਟਰਾ ਕੇਰਲਾ ਬਿਹਾਰ ਯੂਪੀ ਅ ਐਮਪੀ ਇਹ ਸਾਰੀਆਂ ਦਿੱਲੀ ਇਹ ਸਾਰੀ ਨੇ ਸਾਰੀਆਂ ਅਸੈਂਬਲੀਜ਼ ਨੇ ਜਿਹੜੀਆਂ ਇਹਨਾਂ ਦੇ ਪ੍ਰੋਸੀਡਿੰਗਸ ਲਾਈਵ ਦਿਖਾਈ ਜਾਂਦੀਆਂ ਤੇ ਪੰਜਾਬ ਦੇ ਲੋਕਾਂ ਦੇ ਨਾਲ ਚੱਲਣ ਵਾਲੀ ਇਸ ਅਸੈਂਬਲੀ ਤੇ ਉੱਪਰ ਪੜਦੇ ਕਿਉਂ ਪਾਏ ਜਾਂਦੇ ਨੇ ਕਿਉਂ ਲੋਕਾਂ ਨੂੰ ਹਨੇਰੇ ਦੇ ਵਿੱਚ ਰੱਖਿਆ ਜਾਂਦਾ ਔਰ ਮੈਂ ਇਹ ਮੰਨ ਕੇ ਚੱਲਦਾ ਕਿ ਮੀਡੀਆ ਜਿਹੜਾ ਕਿ ਅੱਜ ਚੌਥਾ ਪਿੱਲਰ ਹੈ ਡੈਮੋਕ੍ਰੇਸੀ ਦਾ ਉਹਨਾਂ ਦੇ ਨਾਲ ਵੀ ਇਹ ਸਰਾਸਰ ਤੱਕੇ ਮੀਡੀਆ ਦੇ ਹੱਕਾਂ ਦੇ ਉੱਪਰ ਡਾਕਾ ਮਾਰਿਆ ਜਾ ਰਿਹਾ ਕਿਉਂਕਿ ਜੇ ਆਪਾਂ ਕਨਸਟੀਟਿਊਸ਼ਨ ਦੀ ਗੱਲ ਕਰ ਲਈਏ ਤੇ ਕਨਸਟੀਟਿਊਸ਼ਨ ਦੇ ਵਿੱਚ ਇੱਕ ਰਾਈਟ ਟੂ ਨੋ ਰਾਈਟ ਟੂ ਨੋਲੇਜ ਇੱਕ ਜਿਹੜਾ ਹੱਕ ਹੈ ਉਹ ਹਿੰਦੁਸਤਾਨ ਦੇ ਲੋਕਾਂ ਨੂੰ ਦਿੱਤਾ ਗਿਆ ਉਸ ਹੱਕ ਦੀ ਵੀ ਉਲੰਘਣਾ মিডিਆ ਔਰ ਲੋਕਾਂ ਦੇ ਹੱਕ ਦੀ ਉਲੰਘਣਾ ਸਪੀਕਰ ਵੱਲੋਂ ਔਰ ਹੁਣ ਤੱਕ ਦੀਆਂ ਸਰਕਾਰਾਂ ਵੱਲੋਂ ਕੀਤੀ ਜਾਂਦੀ ਰਹੀ ਹੈ ਆਮ ਆਦਮੀ ਪਾਰਟੀ ਕਿਉਂਕਿ ਟ੍ਰਾਂਸਪੇਰੈਂਸੀ ਦੀ ਹੱਕਦਾਰ ਹੈ ਲੋਕਾਂ ਦਾ ਹੱਕ ਬਣਦਾ ਹੈ ਅ ਦੇਖਣ ਦਾ ਕਿ ਤੁਸੀਂ ਕਈ ਵਾਰੀ ਦੇਖਿਆ ਹੋਊਗਾ ਕਿ ਵਿਧਾਨ ਸਭਾ ਦੇ ਵਿੱਚ ਅੰਦਰ ਕਈ ਮੈਂਬਰ ਨੇ ਜਿਹੜੇ ਕੁਝ ਕੁ ਚੰਦਕ ਮੈਂਬਰ ਨੇ ਜਿਹੜੇ ਜਿਹੜੇ 1 ਮਿੰਟ ਇਹ ਮੈਨੂੰ ਕੰਪਲੀਟ ਕਰ ਲੈਂਦੇ ਜਿਹੜੇ ਕਈ ਵਾਰੀ ਗਾਲੀ ਗਲੋਚ ਆਨ ਪਾਰਲੀਮੈਂਟਰੀ ਲੈਂਗੁਏਜ ਯੂਜ਼ ਕਰਦੇ ਨੇ ਮੈਂ ਸਮਝਦਾ ਕਿ ਜੇ ਅਸੀਂ ਲੋਕ ਕੈਮਰੇ ਦੀ ਨਜ਼ਰ niche ਹੋਵਾਂਗੇ ਲੱਖਾਂ ਲੋਕ ਸਾਨੂੰ ਦੇਖ ਰਹੇ ਹੋਣਗੇ ਤੇ ਉਹ ਜਿਹੜੀ ਅਨ ਪਾਰਲੀਮੈਂਟਰੀ ਲੈਂਗੁਏਜ ਹੈ ਉਹ ਵੀ ਬੰਦ ਹੋ ਜੇਗੀ ਔਰ ਲੋਕਾਂ ਦੇ ਕੰਮ ਦੀ ਗੱਲ ਲੋਕਾਂ ਦੀ ਆਵਾਜ਼ ਚੰਗੇ ਵਧੀਆ ਪੋਜ਼ਿਟਿਵ ਤਰੀਕੇ ਦੇ ਨਾਲ ਬੁਲੰਦ ਹੋਏਗੀ ਸੋ ਇਸ ਸਬੰਧ ਦੇ ਵਿੱਚ ਅਸੀਂ ਅੱਜ ਸਪੀਕਰ ਸਾਹਿਬ ਨੂੰ ਮਿਲੇ ਹਾਂ